ਬੁਲਟ ਗਰਮ ਨਹੀਂ ਹੋਈ, ਅਸੀਂ ਗਰਮ ਹੋ ਗਏ ਆ। ਮਾਂਜਾ ਮਾਂਜਾ ਬੁਗੇ ਮਾਂਜਾ, ਧੱਕਾ ਮੈਂ ਫੜ ਕਰਨੀ ਆ ਯਾਰ। ਮੈਨੂੰ ਗੰਦਾ ਰੱਖਿਆ ਹੋਇਆ ਵਾ ਤਾਂ ਕਰਕੇ ਹਲੇ ਸਟਾਰਟ ਨਹੀਂ ਕਰਨਾ, ਸਟਾਰਟ ਨਹੀਂ ਹੋਣਾ ਮੈਂ। ਉਹ ਲਿਆਓ, ਉਹ ਜੰਪਰ ਕੇਬਲ ਲਿਆਓ, ਹੁਣ ਸਟਾਰਟ ਕਰ ਦਿਓ। ਹਾਂ, ਸੂਈ ਬਿਲਕੁਲ ਨਹੀਂ ਹਿਲਦੀ। ਨਾਲ ਦੇ ਪੰਜ ਛੇ ਘਰ ਵਾਲੇ ਬੰਦੇ ਬਾਹਰ ਆ ਕੇ ਦੇਖ ਕੇ ਕੀ ਹੋ ਕੀ ਰਿਹਾ ਵਾ। ਇੰਡੀਆ ਯਾਰ ਲਈ ਬੁਲਟਾਂ ਦੇ ਫਿਲਮਾਂ ਦੇਖਣ ਜਾਂਦੇ ਹੁੰਦੇ। ਆਹੋ ਸਹੀ ਆ। ਸੋ ਖੜ ਖੜ ਕੇ ਫੋਟੋਆਂ ਹੋ ਰਹੀਆਂ ਇੱਥੇ ਸਟਾਰਬਕਸ ਦੇ ਮੂਹਰਿਓ ਗੇੜੀ। ਲੋਕਾਂ ਨੂੰ ਟਾਈਮ ਹੁਣ ਮਿਲਦਾ ਸਟਿਕ ਬਣਾਉਣ ਦਾ ਬਸ 'ਚ। ਹਾਂਜੀ ਮਿੱਤਰ ਪਿਆਰੋ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ। ਅਤੇ ਆਪਾਂ ਆ ਗਏ ਨਵਾਂ ਵਲੋਗ ਲੈ ਕੇ ਪਾਪਾ ਸਾਡੇ ਕੋਲ, ਅਤੇ ਤੁਸੀਂ ਦੇਖ ਹੀ ਰਹੋ ਕਿ ਪਿੱਛੇ ਕੀ ਹੈ ਫਿਰ। ਤੁਹਾਡੇ ਕਮੈਂਟਸ ਆਏ, ਤੁਹਾਡਾ ਬਹੁਤ ਪਿਆਰ ਤੁਸੀਂ ਦਿੱਤਾ ਲਾਸਟ ਵਲੋਗ ਨੂੰ ਬੁਲਟ ਨੂੰ, ਅਤੇ ਫਿਲਹਾਲ ਵਾਲੇ 30K ਦੇ ਉੱਪਰ ਪਹੁੰਚਿਆ ਹੋਇਆ ਵਾ। ਅਤੇ ਯਾਰ ਬਹੁਤ ਬਹੁਤ ਥੈਂਕ ਯੂ ਇਹਦੇ ਲਈ ਸਭ ਤੋਂ ਪਹਿਲਾਂ ਤਾਂ। ਅਤੇ ਆਪਾਂ ਹੁਣ ਅੱਜ ਨਵਾਂ ਵਲੋਗ ਲੈ ਕੇ ਆਏ ਹਾਂ। ਅੱਜ ਆਪਾਂ ਅੱਜ ਆਪਾਂ ਉਹ ਕਰਨਾ ਜੋ ਲਾਸਟ ਟਾਈਮ ਨਹੀਂ ਕੀਤਾ ਆਪਾਂ। ਅੱਜ ਆਪਾਂ ਬੁਲਟ ਦੀ ਗੇੜੀ ਫਿਲਹਾਲ ਮਾਰੀ ਲੋਕਲ, ਕਿਉਂਕਿ ਆਪਣੇ ਲਾਇਸੈਂਸ ਨਹੀਂ ਹੈਗਾ, ਠੀਕ ਹੈ। ਅਤੇ ਅੱਜ ਆਪਾਂ ਗੇੜੀ ਮਾਰਨੀ ਆ ਬਾਹਰ ਰੋਡ 'ਤੇ ਮਾਰਾਂਗੇ ਮੰਡੀ ਦੀ ਗੇੜੀ, ਕਿ ਬਾਈ ਕੋਲ ਲਾਇਸੈਂਸ ਹੈਗਾ, ਬਾਈ ਨਾਲ ਜਾਊਂਗਾ ਮੈਂ, ਅਤੇ ਦੇਖਾਂਗੇ ਲੋਕਾਂ ਦੀ ਰਿਐਕਸ਼ਨ ਰਿਕਾਰਡ ਕਰਾਂਗੇ। ਲੋਕਾਂ ਦੀ ਰਿਐਕਸ਼ਨ ਕੀ ਹੁੰਦੀ ਆ, ਲਾਈਕ ਬੁਲਟ ਜਦੋਂ ਬ੍ਰੈਂਪਟਨ 'ਚ ਘੁੰਮਦੀ ਆ ਅਤੇ ਧੱਕ ਪਾਉਂਦੀ ਸੜਕਾਂ 'ਤੇ, ਅੱਗ ਲਾਉਂਦੀ ਜਾਂਦੀ ਆ, ਚੀਰਦੀ ਜਾਂਦੀ ਆ, ਅਤੇ ਕੀ ਲੋਕਾਂ ਦਾ ਰਿਐਕਸ਼ਨ ਕੀ ਹੁੰਦਾ ਵਾ। ਅਤੇ ਅੱਜ ਆਪਾਂ ਉਹ ਕਰਾਂਗੇ ਰਿਕਾਰਡ। ਅਤੇ ਫਿਲਹਾਲ ਬੁਲਟ ਗੰਦੀ ਪਈ ਆ ਬਾਈ, ਗੰਦੀ 'ਚ ਵੀ ਬਾਈ ਇਹ ਧੱਕ ਪਾਈ ਜਾਂਦੀ ਆ। ਅਤੇ ਆਪਾਂ ਫਿਲਹਾਲ ਸਾਫ਼ ਕਰਾਂਗੇ ਅਤੇ ਸਟਾਰਟ ਕਰਾਂਗੇ ਇਹਨੂੰ, ਥੋੜ੍ਹਾ ਗਰਮ ਕਰ ਲਈਏ। ਅਤੇ ਚੱਕੋ ਫਿਰ ਬਾਈ ਜੀ, ਤੈਨ ਚਾਬੀ ਆ ਰਹੀ। ਅਤੇ ਅੱਜ ਵੈਦਰ ਵੀ ਲਾਸਟ ਟਾਈਮ ਵਾਂਗੂ ਇੰਨਾ ਠੰਡੀ ਠੰਡ ਹੈ ਨਹੀਂ, ਠੰਡ ਤਾਂ ਹੈਗੀ ਆ, ਲਾਸਟ ਟਾਈਮ ਤਾਂ ਮਾਈਨਸ ਸੀਗਾ, ਅਤੇ ਫਿਲਹਾਲ ਅੱਜ ਲਾਈਕ 4-5 ਹੈਗਾ ਵਾ। ਅਤੇ ਗੇੜੀ ਮਾਰਦੇ ਠੰਡ ਵੱਧ ਲੱਗਦੀ, ਹਵਾ ਵੱਜਦੀ ਆ ਬਾਡੀ ਨੂੰ। ਇਸ ਵੀਡੀਓ ਨੂੰ ਮੈਂ ਲਾ ਕੇ ਚੱਲਦਾ ਕਿ 100,000 ਵਿਊ ਆਉਣਗੇ, ਅਤੇ ਐਸ ਸੂਨ ਐਸ ਪੋਸੀਬਲ ਜਿੰਨੇ ਛੇਤੀ ਤੁਸੀਂ ਸ਼ੇਅਰ, ਜਿੰਨਾ ਤੁਸੀਂ ਸ਼ੇਅਰ ਕਰੋਗੇ ਇੰਨਾ ਪਿਆਰ ਦੋਗੇ। ਅਤੇ ਆਪਾਂ ਇੱਕ ਟਾਰਗੇਟ ਰੱਖਦੇ ਹਾਂ, 1,00,000 ਵਿਊ ਘੱਟੋ ਘੱਟ ਚਾਹੀਦਾ ਆਪਾਂ ਨੂੰ। ਅਤੇ ਬਸ ਚੱਲੀਏ ਸਟਾਰਟ ਕਰੀਏ ਇਹਨੂੰ ਸਾਫ਼ ਕਰੀ ਆ ਜਾਓ। ਸੋ ਲਓ ਮਿੱਤਰ ਪਿਆਰਿਓ, ਪਹਿਲਾਂ ਤਾਂ ਸਟਾਰਟ ਦੀ ਕਰ ਦਈਏ, ਫਿਰ ਮੈਂ ਇਹਨੂੰ ਸਾਫ਼ ਹੀ ਕਰੂੰਗਾ। ਚੱਕੋ ਆ ਜਾਓ ਫਿਰ, ਪਹਿਲਾਂ ਮਾੜਾ ਜਿਹਾ ਪ੍ਰੈਸ਼ਰ ਜਿਹਾ ਬਣਾਉਣਾ ਪੈਣਾ ਤਾਂ, ਕੈਮਰੇ ਵੱਲ ਕਰਦੇ ਹੋਏ ਧਿਆਨ ਜਾ ਰਿਹਾ। ਸੋ ਕੁਛ ਬੁੱਢੀ ਚੀਜ਼ ਨੂੰ ਅਚੀਵ ਕਰਨ ਤੋਂ ਪਹਿਲਾਂ ਤਰਲੇ ਨਹੀਂ ਤਾਂ ਕਰਨੀ ਪੈਂਦੇ ਆ, ਜੋ ਲਾਉਣਾ ਪੈਂਦਾ ਵਾ ਤਾਂ ਉਹੀ ਆ, ਜੋ ਲਾ ਰਹੇ ਬਸ। ਇੰਡੀਆ ਬਲੋਗ ਲੱਖ 'ਤੇ ਜਾਣਾ ਵਾ ਘੱਟੋ ਘੱਟ, ਘੱਟੋ ਘੱਟ ਬੈਟਰੀ ਗਈ ਹੋਈ ਆ, ਕੀ ਹੋਰ ਚੱਲਦੀ ਆ, ਸਟਾਰਟ ਕਰਨੀ ਬਾਈ। ਬੈਕ ਵੱਜਣੀ ਕਿੱਦਾਂ, ਬੈਕ ਵੱਜਣੀ, ਹਾਂ ਬੈਕ ਵੱਜ ਗਈ ਫਿਰ ਤਾਂ ਮੈਂ ਗਿਆ, ਪਸੀਨਾ ਆ ਗਿਆ ਹੁਣ ਪੂਰਾ ਬਾਈ। ਠੀਕ ਸੀ ਨਾ, ਤੇਲ ਤੂੰ ਲਾਉਣਾ ਇਹਦਾ, ਦੇਖ ਲੋ ਭਰਾ ਤੇਲ ਆਉਣੀ ਨਹੀਂ। ਲੋਕਾਂ ਦਾ ਕਮੈਂਟ ਹੈ ਲਾਸਟ ਟਾਈਮ ਬਹੁਤ ਹੀ ਤੇਲ ਆਫ ਆ, ਹੋਣਾ ਤੇਲ ਤਾਂ ਆਉਣਾ।
ਨਹੀਂ ਮੰਨਦੀ ਮਿੱਤਰੋ, ਨਹੀਂ ਮੰਨਦੀ ਹੈ, ਤਰਲੇ ਕਢਾਉਂਦੀ ਬਹੁਤ। ਕਿੰਨਾ ਹੋ ਗਿਆ, ਦੋ ਢਾਈ ਹਫ਼ਤੇ ਹੋ ਗਏ, ਤਿੰਨ ਹਫ਼ਤੇ ਹੋ ਗਏ ਨਾ ਸਟਾਰਟ ਕੀਤੇ ਨੂੰ, ਅਤੇ ਮਹੀਨਾ ਮਹੀਨਾ ਹੋ ਗਿਆ ਆਖਰੀ ਵਕਤ ਬਾਅਦ ਆਪਾਂ ਦੁਬਾਰਾ ਤੋਂ ਕਰੀ ਸੀ ਨੈਕਸਟ ਵੀਕ ਸਟਾਰਟ ਇੱਕ ਵਾਰ। ਨਹੀਂ ਟਲਦੀ ਉਹ, ਨਹੀਂ ਟਲਦੀ, ਮੈਨੂੰ ਲੱਗਦਾ ਬੁਲਟ ਦੇ ਅਸਲੀ ਮਾੜਾ ਬੁਲਾਉਣਾ ਪੈਣਾ, ਪੈਰ ਦੀ ਤਾਂ ਚਾਈ ਲੱਗੀ ਹੋਈ ਹੈ। ਮਾਰੀ ਆਵਾਜ਼ ਹੈ, ਪੱਗ ਬੰਨ੍ਹੇ ਹੋਣੇ ਪਿੱਤਰੋ, ਤੁਹਾਡੇ ਕੀ ਵਿਚਾਰ ਨੇ ਉਸ ਯਾਰ, ਕਰੋ ਕਮੈਂਟ ਕਰੋ। ਜੈਕਟ ਲਾ ਦੀ ਮਿੱਤਰੋ, ਬੁਲਟ ਗਰਮ ਨਹੀਂ ਹੋਈ, ਅਸੀਂ ਗਰਮ ਹੋ ਗਏ ਹਾਂ। ਕੰਮ ਕਹਿਣ ਹੋਇਆ ਬਾਹਰ, ਕਿਆ ਬਾਤ ਹੈ, ਆਹੀ ਆ ਬਈ ਗਰਮੀਆਂ ਥੋੜੀਆਂ ਥੋੜੀਆਂ ਥੋੜੀ ਥੋੜੀ ਗਰਮੀ ਮਤਲਬ ਜਿਵੇਂ ਆਉਣ ਜੀ ਲੱਗਦੀ ਹੈ ਹੁਣ, ਹੈ ਨਾ ਬਾਈ। ਮਾਰਚ ਸ਼ੁਰੂ ਹੋ ਗਈ ਨਾ, ਤੁਸੀਂ ਨਵੇਂ ਨਵੇਂ ਹੀ ਹੋ, ਤੁਹਾਨੂੰ ਕੁਛ ਕਹਿਣਾ। ਮਾਰਚ ਆ ਗਈ ਹੈ ਮਤਲਬ ਹੁਣ ਅਪ੍ਰੈਲ 'ਚ ਗਰਮੀਆਂ ਸ਼ੁਰੂ ਹੋ ਜਾਣਗੀਆਂ, ਅਤੇ ਟੈਂਪਰੇਚਰ ਉਹੀ ਹੌਲੀ ਹੌਲੀ ਘੱਟ ਰਿਹਾ ਘੱਟ ਰਿਹਾ, ਜਿਵੇਂ ਨਾ ਪਹਿਲਾਂ ਮਾਈਨਸ ਰਹਿੰਦਾ ਸੀ, ਹੁਣ ਅੱਜ ਪੰਜ ਛੇ ਇੱਦਾਂ ਚੱਲ ਰਿਹਾ ਵਾ। ਸੋ ਠੀਕ ਆ, ਜਿਹੜੀ ਮਾਰਨ ਟਾਈਮ ਪਰ ਜੈਕਟ ਪਾਉਣੀ ਪੈਣੀ ਆ, ਠੰਡ ਲੱਗੂਗੀ। ਪਰ ਤੋਂ ਪਹਿਲਾਂ ਸਟਾਰਟ ਤਾਂ ਹੋਵੇ ਘੱਟੋ ਘੱਟ। ਮਾਂਜਾ ਮਾਂਜਾ ਬੁਗੇ, ਮਾਂਜਾ ਮੁੰਜਾ ਬੁਗੇ, ਕਾਹਦੇ ਨਹੀਂ ਮੰਨ ਤੂੰ, ਮਾਂਜਾ ਮਾਂਜਾ ਕੋਈ ਨਹੀਂ, ਗੁੱਸਾ ਨਹੀਂ ਕਰ ਦਿੰਦੇ। ਉਹ ਪਹਿਲੀ ਕਿੱਥੇ ਸਟਾਰਟ ਪਾਈ ਗੱਲਬਾਤ ਹੈਗੀ ਯਾਰ, ਤੇ ਉਹ ਕਿੱਦਾਂ ਕੋਈ ਹੈਗੀ ਆ ਗੱਲਬਾਤ, ਟੱਪ ਟੱਪ ਤੁਪ ਕੀਤਾ ਹੋਇਆ ਬਾਈ ਮੇਰੇ ਨੇ। ਹੋਏ 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 ਹੋਏ, ਇੰਨਾ ਕੁ ਤਾਂ ਮੇਰੇ ਤੋਂ ਹੋਇਆ ਹੀ, ਮੇਰੇ ਤਾਂ ਬਸ ਸ਼ੁਰੂ ਵੀ ਨਹੀਂ ਹੋਈ। ਬਾਹਰ ਲੈ ਆਈਏ, ਆਹ ਲੈ ਆਇਆ ਇਹਨੂੰ ਬਾਈ ਬਾਹਰ। ਓ ਹੋ ਹੋ ਓ ਹੋ ਹੋ, ਕਮਾ ਸਰ ਕਰਨੀ ਆ ਪਹਿਲਾਂ ਫਿਰ ਪਾ ਕੇ ਐ ਹੋਊਗਾ ਕਿ ਹੋ ਸਕਦਾ। ਯਾਰ ਚੱਲ ਪਾ ਚੱਲ ਪਾ ਪੁੱਗੇ ਚੱਲ ਪਾ, ਉਹ ਲਿਆਓ ਉਹ ਜੰਪਰ ਕੇਬਲ ਲਿਆਓ, ਹੁਣੇ ਸਟਾਰਟ ਕਰ ਜੰਪਰ ਕੇਬਲ। ਬੈਟਰੀ ਲੋ ਹੈਗੀ ਕੇ ਨਹੀਂ, ਠੀਕ ਆ ਠੀਕ ਆ। ਓਏ ਹੋਏ 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 ਤੱਕ 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 ਤੱਕ।
ਲੱਗੋ ਮਿੱਤਰ ਪਿਆਰਿਓ, ਫਿਰ ਤੋਂ ਮਿਹਨਤ ਆਪਣੀ ਲੰਘ ਲਿਆਈ ਤੇ ਚੱਲ ਪਈ। ਸੋ ਜਦ ਬੁਲਟ ਸਟਾਰਟ ਹੋਈ ਸੀ ਮੈਂ ਉਦੋਂ ਰਿਕਾਰਡ ਨਹੀਂ ਕੀਤਾ, ਪਰ ਨਾਲ ਦੇ 5-6 ਘਰ ਵਾਲੇ ਬੰਦੇ ਬਾਹਰ ਆ ਕੇ ਦੇਖ ਕੇ ਕਿ ਹੋ ਹੀ ਰਿਹਾ ਵਾ, ਅਤੇ ਸਾਹਮਣੇ ਵੀ ਲਾਈਕ ਲੱਗੇ ਤਾਂ ਕਿ ਪੰਜਾਬੀ ਹੈਗੇ ਬੰਦੇ, ਅਤੇ ਉਹ ਦੇਖ ਕੇ ਬਹੁਤ ਖੁਸ਼ ਹੋਏ। ਸੋ ਆਏ ਨਹੀਂ ਪੁੱਛਣਾ ਸੀ, ਆ ਦੇਖਣਾ ਸੀ, ਮਤਲਬ ਦੂਰੋਂ ਤੋਂ ਦੇਖ ਕੇ ਖੁਸ਼ ਹੋਏ ਵੀ। ਸੋ ਆਹ ਹੁੰਦਾ ਰਹੋ ਬੁਲਟ। ਮਿੱਤਰੋ ਹੁਣ ਚੱਲੇ ਹਾਂ ਆਪਾਂ ਗੇੜੀ ਤੇ ਬਾਹਰ ਰੋਡ ਤੇ, ਜਿੱਥੇ ਤੋਂ ਅਲਾਊਡ ਸੀ ਤਾਂ ਹੁਣ ਬਾਈ ਨਾਲ ਆਪਣੇ ਡਿਫੈਂਸ ਵਿੱਚ ਸਭ ਕੁਝ ਚੱਕਰ ਕਰੀ ਮਾਮੇ ਆਣ ਕੇ ਪਟਾਖਾ ਹੋ ਜਾਵਾਂ ਉੱਧਰ ਮਾਮੇ ਸਾਰੇ ਪਟਾਖਾ ਪਾ ਲਾਂਗੇ। ਇਹ ਪਟਾਖਾ ਮਤਲਬ ਵੀਰੇ ਫੜੀ ਜਾਗਾ ਵਾ, ਇੱਕ ਮਿੰਟ ਐਸ ਮੈਨੂੰ ਜੇ ਫੜੇ ਜਾਓ ਤਾਂ ਫਾਈਨ ਹੈਗਾ, ਨਹੀਂ ਫੜੇ ਜਾਓ ਤਾਂ ਬਚ ਗਏ ਕੋਈ ਨਹੀਂ। ਸੋ ਚੱਕੋ ਮਿੱਤਰੋ, ਚੱਕੋ ਮਿੱਤਰੋ ਨਜ਼ਾਰੇ ਸਟਰੀਟਾਂ ਦੇ, ਸਟ੍ਰੋਕ ਚੈੱਕ ਕਰੋ, ਸਟ੍ਰੋਕ ਆਓ ਚੈੱਕ ਕਰੋ ਮਿੱਤਰੋ। ਬੱਸਾਂ ਤੋਂ ਬੁਲਟ ਦਾ ਸਫ਼ਰ ਵੀਰੇ, ਬੱਸਾਂ ਤੋਂ ਬੁਲਟ ਤੇ ਸੋ ਦੇਖੋ ਵੀਰੇ, ਹਾਲੇ ਜੀ ਰੁਕਣਾ ਪੈ ਰਿਹਾ ਵਾ ਕਿਉਂਕਿ ਰੂਲ ਆ, ਪਹਿਲਾਂ ਇੱਕ ਜਾਊਗਾ ਫਿਰ ਆਪਾਂ ਜਾਵਾਂਗੇ। ਸੋ ਦੇਖੋ ਬਣਦੇ ਕੀ। ਖਾ ਲਈ ਨਾ ਸਾਰਾ ਐਤਵਾਰ ਕਰਕੇ, ਖੜ ਖੜ ਕੇ। ਸੋ ਆ ਗਿਆ ਮਿੱਤਰੋ ਸਿਨੇਮਾ, PVR ਕਹਿੰਦੇ ਨਾ ਇੰਡੀਆ, ਇਹ ਆ ਗਿਆ ਬੁੱਕ ਮਾਈ ਸ਼ੋ ਡੋਟ ਕੋਮ ਆ ਗਿਆ।
ਫਲੈਕਸ ਇੰਡੀਆ ਯਾਰ ਲਾਈ ਉਹ ਗੋਲਟਾ ਦੇ ਫਿਲਮਾਂ ਦੇਖਣ ਜਾਂਦੇ ਹੁੰਦੇ ਆਹੋ ਸਹੀ ਆ ਵਾਹ ਕਾ ਸੀਨ ਹੈ ਖੜ ਖੜ ਕੇ ਫੋਟੋਆਂ ਹੋ ਰਹੀਆਂ ਇੱਥੇ ਲੋ ਬਈ ਲੋਕਾਂ ਨੂੰ ਟਾਈਮ ਨੀ ਮਿਲਦਾ ਸਟਿਕ ਬਣਾਉਣ ਦਾ ਬਸ ਨਾਲੇ ਲੱਗ ਜਾਂਦੇ ਫੁੱਲ ਲੱਗੇ ਨਹੀਂ ਨਹੀਂ ਬਸ ਨੀ ਹੋਣ ਦਿੰਦੇ ਆਪਣੇ ਬਹੁਤ ਖੁਸ਼ ਦੇਖ ਕੇ ਤੇ ਬਸ ਆਹੀ ਆ ਛੋਟੀ ਛੋਟੀ ਖੁਸ਼ੀਆਂ ਜ਼ਿੰਦਗੀ ਤੇ ਹੁਣ ਆਪਾਂ ਆ ਗਏ ਹਾਂ ਗੇੜੀ ਮਾਰ ਕੇ ਮਾਰੀ ਗੇੜੀ ਲੱਗੇ ਲੱਗੇ ਹੱਥ ਜੰਮ ਜਾਂਦੇ ਤੁਹਾਨੂੰ ਪਤਾ ਜੀ ਠੰਡ ਹੈਗੀ ਆ ਤੇ ਇੱਕ ਹੁੰਦਾ ਗਰਮੀਆਂ 'ਚ ਨਾ ਇੱਕ ਇੱਥੇ ਗਰੁੱਪ ਬਣਿਆ ਰਾਈਡਰਸ ਦਾ ਅਤੇ ਉਹ ਸਾਰੇ ਬੁਲਟ ਵਾਲੇ ਮਤਲਬ ਜਿਹੜੇ ਬ੍ਰੈਂਪਟਨ 'ਚ ਹੈਗੇ ਆ ਲਾਈਕ 10-20 ਪੰਜਾਂ ਜਿੰਨੇ ਵੀ ਹੋਣਗੇ ਦੱਸੇ ਦੇ ਪੁਰਾਣੇ ਮੈਨੂੰ ਅਤੇ ਉਹ ਗੇੜੀ ਮਾਰਨ ਜਾਂਦੇ ਲਾਈਕ ਲੌਂਗ ਰੂਟ 'ਤੇ ਆਉਂਦੇ ਆ ਇਕੱਠੇ ਹੀ ਮਤਲਬ ਪੂਰੀ ਨਾ ਇੱਕ ਜਿਵੇਂ ਰੈਲੀ ਟਾਈਪ ਜੀ ਕਰਦੇ ਆ ਸੋ ਉਹਦਾ ਵਲੋਗ ਵੀ ਛੇਤੀ ਬਣਾਵਾਂਗੇ ਉਦੋਂ ਤਾਂ ਬਾਈ ਸੀਨ ਘੈਂਟ ਹੀ ਹੋਊਗਾ ਅਤੇ ਹਾਂ ਸ਼ਾਮ ਟਾਈਮ ਹੋ ਜਨਤਾ ਵੱਧ ਹੁੰਦੀ ਆ ਤਾਂ ਉਦੋਂ ਵੱਧ ਮਜ਼ਾ ਆਉਂਦਾ ਬਟ ਕੋਈ ਨਹੀਂ ਅਤੇ ਬਸ ਫਿਰ ਹੁਣ ਫਿਲਹਾਲ ਹੁਣ ਅੰਦਰ ਖੜੀ ਕਰੀਏ ਅੱਜ ਗੁੱਸਾ ਸੀਗੀ ਬਹੁਤ ਕਿਉਂਕਿ ਸਟਾਰਟ ਨਹੀਂ ਕੀਤਾ ਇਹਨੂੰ ਬਹੁਤ ਟਾਈਮ ਤੋਂ ਅਤੇ ਹਾਲੇ ਵੀ ਗੇਅਰ ਲਾਈਕ ਜ਼ੋਰ ਨਹੀਂ ਸੀ ਫੜ ਰਹੀ ਅਤੇ ਕੋਈ ਨਹੀਂ ਇਹਨੂੰ ਕਰਦੇ ਹਾਂ ਚਲਾਉਂਦੇ ਹਾਂ ਰੋਜ਼ ਬਾਕੀ ਫਿਰ ਜੇ ਲਾਸਟ ਟਾਈਮ ਵਾਂਗੂ ਬਈ ਵਧੀਆ ਰਿਸਪੋਂਸ ਪਾਇਆ ਸੀ ਹੁਣ ਵੀ ਤੁਸੀਂ ਪਿਆਰ ਦਿਓ ਵੀਡੀਓ ਜਿੰਨਾ ਹੋ ਸਕੇ ਸੋ ਪਿਆਰ ਦੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰਿਓ ਅਤੇ ਛੇਤੀ ਮਿਲਦੇ ਹਾਂ ਤਦ ਤੱਕ ਨਮਸਤੇ ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਜੈ ਹਿੰਦ।